बहुत सारे शेड्स ने फिल्म दे विच थ्रिलर सस्पेंस या रिवेंज या ड्रामा या रोमांस या मतलब हर एक तरह का इमोशन है जो एक ह्यूमन एक इंसान दे विच हुंदा है बट ओनु दिखाउण दा तरीका साडा थोड़ा जिहा डिफरेंट सीगा ओटीटी ते आपां देखदे हुंदे आ ताँ दा कंटेंट यू नो ते ओ दूसरी जुबान च कई वारी आपां सबटाइटल्स ला के भी देख लैंदा वी ओ कंटेंट वधिया हुंदा जुबान नाल आपां नूं कुछ नहीं हुंदा बट आपां नूं इहदा कंटेंट वधिया दिखदा है ते हुण थोड़ी आपणी जुबान च बणिया है पंजाबी और जो एक तो छोटा बंदा बड़ा सपना देखता है तो केड़ियां केड़ियां मुश्किलों का सामना करना पड़ता है वो सारी कासे में लेके पालने तो चेता सिंह की एक जज नहीं है ये फिल्म तो ट्रैकर चलो ना मैं तो एक ना भी वीरेंद्र को रोटी रोटी है कि कहना नहीं पाजी आज के कहना नहीं ठीक है कोई गल गल वो कहना मित्रा आज से तेरे को खेला गया ये भुखे नहीं रखी गई ਕਹਿੰਦਾ ਭਾਜੀ ਸੌਂ ਖਾ ਕੇ ਚੜੀਦਾ ਸੀ ਵੀ ਉਤਰਦੇ ਨਹੀਂ ਕਹਿੰਦਾ ਮਿੱਤਰਾ ਸੌਂ ਨਹੀਂ ਖਾਈਦੀ ਹੁੰਦੀ ਰੋਟੀ ਖਾਈ ਜਾਂਦੀ ਹੈ ਬਹੁਤ ਹੀ ਪਿਆਰੀ ਜੀ ਸਟੋਰੀ ਆ ਬ੍ਰਦਰ ਸਿਸਟਰ ਦੀ ਸਟੋਰੀ ਆ ਹੋਰ ਵੀ ਬਹੁਤ ਸਾਰੇ ਸ਼ੇਡਸ ਨੇ ਫਿਲਮ ਦੇ ਵਿੱਚ ਥ੍ਰਿਲਰ ਸਸਪੈਂਸ ਜਾਂ ਰਿਵੈਂਜ ਜਾਂ ਡਰਾਮਾ ਜਾਂ ਰੋਮਾਂਸ ਜਾਂ ਮਤਲਬ ਹਰ ਇੱਕ ਤਰ੍ਹਾਂ ਦਾ ਇਮੋਸ਼ਨ ਹੈ ਜੋ ਇੱਕ ਹਿਊਮਨ ਇੱਕ ਇਨਸਾਨ ਦੇ ਵਿੱਚ ਹੁੰਦਾ ਆ ਬਟ ਉਹਨੂੰ ਦਿਖਾਉਣ ਦਾ ਤਰੀਕਾ ਸਾਡਾ ਥੋੜਾ ਜਿਹਾ ਡਿਫਰੈਂਟ ਸੀਗਾ ਜਿੱਦਾਂ ਹੱਡਾ ਰੋੜੀ ਵਾਲਾ ਕਨਸੈਪਟ ਤੁਸੀਂ ਦੇਖਿਆ ਹੋਏਗਾ ਇਹਦੇ ਵਿੱਚ ਦਿਖਾਇਆ ਗਿਆ ਸਾਗਰ ਜੀ ਵਾਲਿਆਂ ਨੇ ਤੇ ਰਾਣਾ ਜੇਠਵਾਲ ਜੀ ਨੇ ਤੇ ਗੁਰਵਿੰਦਰ ਜੀ ਨੇ ਸਾਰਿਆਂ ਨੇ ਮਿਲ ਕੇ ਸਾਗਰ ਮਿਊਜ਼ਿਕ ਵਾਲਿਆਂ ਨੇ ਇੰਨਾ ਐਕਸਪੈਰੀਮੈਂਟਲ ਕਨਸੈਪਟ ਤੇ ਪੈਸਾ ਲਾਉਣਾ ਬਹੁਤ ਵੱਡੀ ਗੱਲ ਆ ਕਿਉਂਕਿ ਸਮਟਾਈਮਸ ਇਟ ਗੈਟਸ ਰਿਸਕੀ ਹੋ ਜਾਂਦਾ ਆ ਬਟ ਜਿੱਦਾਂ ਵਾਰਨਿੰਗ ਵਾਲਾ ਜੋਨਰ ਹੈ ਤੇ ਹਲਕਾ ਜਿਹਾ ਥੋੜਾ ਜਿਹਾ ਉਹ ਤੋਂ ਥੋੜਾ ਡਾਰਕ ਤੇ ਇੰਟੈਂਸ ਹੈਗਾ ਆ ਉਹਨੂੰ ਇੰਨਾ ਪਿਆਰ ਦਿੱਤਾ ਤੁਸੀਂ ਪੰਮਾ ਦਾ ਜਿਹੜਾ ਕੈਰੇਕਟਰ ਜਿੱਥੇ ਵੀ ਅਸੀਂ ਜਾਂਦੇ ਹਾਂ ਤੇ ਉਮੀਦ ਕਰਦਾ ਕਿ ਚੇਤਾ ਸਿੰਘ ਨੂੰ ਵੀ ਤੁਸੀਂ ਉਹਨਾਂ ਹੀ ਪਿਆਰ ਦੋਗੇ ਕਿਉਂਕਿ ਜਿਹੜੀ ਬੇਸ ਲਾਈਨ ਉਹ ਬਿਲਕੁਲ ਸੇਮ ਹੀ ਆ ਸੋ ਥ੍ਰਿਲ ਆ ਸਸਪੈਂਸ ਆ ਤੁਹਾਨੂੰ ਜੋੜ ਕੇ ਰੱਖੇਗੀ ਬੰਨ ਕੇ ਰੱਖੇਗੀ ਬਾਕੀ ਮੈਂ ਹੀ ਹਮੇਸ਼ਾ ਕਹਿੰਦੀ ਕਿ ਪੰਜਾਬੀ ਸਿਨੇਮਾ ਨੂੰ ਸਪੋਰਟ ਕਰੋ ਪੰਜਾਬੀ ਬੋਲੀ ਨੂੰ ਸਪੋਰਟ ਕਰੋ ਆਪਣੀ ਜ਼ੁਬਾਨ 'ਚ ਓਟੀਟੀ ਤੇ ਆਪਾਂ ਦੇਖਦੇ ਹੁੰਦੇ ਆ ਇਦਾਂ ਦਾ ਕੰਟੈਂਟ ਯੂ ਨੋ ਤੇ ਉਹ ਦੂਸਰੀ ਜ਼ੁਬਾਨ 'ਚ ਕਈ ਵਾਰੀ ਆਪਾਂ ਸਬਟਾਈਟਲਸ ਲਾ ਕੇ ਵੀ ਦੇਖ ਲਈਦਾ ਵੀ ਉਹ ਕੰਟੈਂਟ ਵਧੀਆ ਹੁੰਦਾ ਜ਼ੁਬਾਨ ਨਾਲ ਆਪਾਂ ਨੂੰ ਕੁਝ ਨਹੀਂ ਹੁੰਦਾ ਬਟ ਆਪਾਂ ਨੂੰ ਇਹਦਾ ਕੰਟੈਂਟ ਵਧੀਆ ਉਹ ਦੇਖਣਾ ਆ ਤੇ ਹੁਣ ਥੋੜੀ ਆਪਣੀ ਜ਼ੁਬਾਨ 'ਚ ਬਣਿਆ ਆ ਪੰਜਾਬੀ 'ਚ ਕੋਸ਼ਿਸ਼ ਅਸੀਂ ਕੀਤੀ ਆ ਸੋ ਤੁਸੀਂ ਪਲੀਜ਼ ਆਪਣਾ ਯੋਗਦਾਨ ਪਾਇਓ ਜਾ ਕੇ ਸਿਨੇਮਾ ਘਰਾਂ 'ਚ ਫਿਲਮ ਦੇਖਿਓ ਸੰਦੇਸ਼ ਇਹਦੇ 'ਚ ਇਹ ਹੈ ਜੀ ਵੀ ਇੱਕ ਭਰਾ ਜਿਹੜਾ ਕਿਤਾਬਾਂ ਵਾਲੀ ਦੁਕਾਨ ਤੇ ਲੱਗਿਆ ਹੋਇਆ ਹੈ ਔਰ ਜਿਵੇਂ ਤਕਰੀਬਨ ਹੀ ਜਿਹੜੀਆਂ ਮਡਿਓਕਰ ਫੈਮਲੀਆਂ ਉਹ ਉਹਨਾਂ ਦੇ ਜਿਹੜੇ ਬੱਚੇ ਹੁੰਦੇ ਆ ਉਹ ਅੱਠਵੀਂ ਪਾਸ ਕਰਕੇ ਜਦੋਂ 3 ਮਹੀਨਿਆਂ ਬਾਅਦ ਰਿਜ਼ਲਟ ਆਉਂਦਾ ਜਾਂ 10ਵੀਂ ਪਾਸ ਕਰਕੇ 10ਵੀਂ ਦੇ ਪੇਪਰ ਦਿੰਦੇ ਆ 3 ਮਹੀਨੇ ਬਾਅਦ ਰਿਜ਼ਲਟ ਹੁੰਦਾ ਜਿਹੜੇ ਉਦੋਂ ਸੋਚਦੇ ਹੁੰਦੇ ਸੀ ਵੀ ਯਾਰ 3 ਮਹੀਨੇ ਬੂਟਾਂ ਵਾਲੀ ਦੁਕਾਨ 'ਤੇ ਲੰਘ ਜਾਈਏ ਵੀ 4 ਪੈਸੇ ਆ ਜਾਣਗੇ ਆਪਾਂ ਵੀ ਕਿਸੇ ਅਖਬਾਰ ਅਖਬੂਰ ਸਿੱਟਣ ਲੱਗ ਜਾਂਦੇ ਹਾਂ ਵੀ ਉਹ ਜਿਹੜੇ 3 ਮਹੀਨਿਆਂ 'ਚ ਵੀ ਕਮਾਈ ਕਰਨ ਨੂੰ ਫਿਰਦਾ ਹੁੰਦਾ ਉਸ ਕਿਸਮ ਦਾ ਇਹਦੇ 'ਚ ਕਰੈਕਟਰ ਹੈ ਉਹਦਾ ਨਾਂ ਪਾਲ ਹੈ ਉਹਦੀ ਛੋਟੀ ਭੈਣ ਹੈ ਅਤੇ ਉਹ ਖੋ ਖੋ ਦੀ ਖਿਡਾਰਨ ਹੈ ਔਰ ਅੱਛਾ ਖੇਡਦੀ ਹੈ ਉਹਨੂੰ ਇਹ ਹੈ ਵੀ ਮੈਂ ਪੜ੍ਹਾ ਲਿਖਾ ਕੇ ਆਪਦੀ ਭੈਣ ਨੂੰ ਵੱਡੀ ਆਫਿਸਰ ਬਣਾਵਾਂ ਉਹਦੇ ਕੋਲ ਲਾਲ ਬੱਤੀ ਵਾਲੀ ਗੱਡੀ ਹੋਵੇ ਔਰ ਜਦੋਂ ਇੱਕ ਛੋਟਾ ਬੰਦਾ ਵੱਡਾ ਸੁਪਨਾ ਦੇਖਦਾ ਅਤੇ ਉਹਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਸਾਰੇ ਕਾਸੇ ਨੂੰ ਲੈ ਕੇ ਪਾਲੇ ਤੋਂ ਚੇਤਾ ਸਿੰਘ ਦੀ ਇੱਕ ਜਰਨੀ ਹੈ ਇਹ ਫਿਲਮ ਜਿਹੜੀ ਤੁਹਾਨੂੰ ਚੰਗੀ ਤਰ੍ਹਾਂ ਦਾ ਪਤਾ ਫਿਲਮ ਦੇਖ ਕੇ ਲੱਗੂਗੀ ਸਰ ਜਿੱਦਾਂ ਅਸੀਂ ਦੇਖੀਏ ਕਿ ਵਾਰਨਿੰਗ ਤੇ ਚੇਤਾ ਸਿੰਘ ਦਾ ਜਿਹੜਾ ਕੈਰੈਕਟਰ ਆ ਲੱਗਦਾ ਕਿ ਤੁਹਾਡਾ ਉਹਦੇ ਨਾਲ ਮੈਚ ਕਰਦਾ ਕਿ ਐਦਾਂ ਦੀ ਹੈ ਕੁਝ ਨਹੀਂ ਉਹਦੇ ਨਾਲੋਂ ਬਹੁਤ ਵੱਖਰੀ ਹੈ ਜਿਹੜੀ ਵਾਰਨਿੰਗ ਸੀਗੀ ਉਹਦੇ 'ਚ ਉਹ ਇੱਕ ਬੇਰੁਜ਼ਗਾਰ ਸੀਗਾ ਅਤੇ ਉਹਨੂੰ ਜਿਹੜੇ ਪਿੰਡ ਦੇ ਮੋਹਤਵਰ ਬੰਦੇ ਸੀਗੇ ਉਹਨਾਂ ਨੇ ਲਿਜਾ ਕੇ ਇੱਕ ਖਿਡਾਰੀ ਬੰਦੇ ਦੇ ਜਿਹੜਾ ਵੀ ਨੈਗੇਟਿਵ ਚੀਜ਼ਾਂ ਦਾ ਖਿਡਾਰੀ ਸੀਗਾ ਉਹਦੇ ਜਾ ਕੇ ਝੋਲੀ ਪਾ ਤਾ ਉਹਨੇ ਫਿਰ ਉੱਦਾਂ ਦਾ ਮਾਹੌਲ ਅਬਜ਼ਰਵ ਕਰ ਲਿਆ ਅਤੇ ਉਹ ਉੱਧਰ ਨੂੰ ਚੱਲ ਪਿਆ ਇਹਦੀ ਕਹਾਣੀ ਹੋਰ ਹੈ ਇਹਦੀ ਕਹਾਣੀ ਹੈਗੀ ਹੈ ਜਿਹੜੇ ਸਮਾਜਿਕ ਮੁੱਦੇ ਆ ਆਪਣੇ ਵੀ ਇਹਨੂੰ ਇਹ ਵੀ ਦੁੱਖ ਲੱਗਦਾ ਵੀ ਯਾਰ ਜਿਹੜਾ ਤੇਲ ਵਾਲੇ ਡਿੱਪੂ ਦਾ ਮਾਲਕ ਹੈ ਉਹਨੇ ਆਪਦੀ ਜਿਹੜੀ ਤੇਲ ਮਿਲਣ ਵਾਲੀ ਕੇਨੀ ਹੈ ਉਹਦੇ 'ਚ ਚਿੱਬ ਪਾਇਆ ਹੋਇਆ ਥੱਲੇ ਅਤੇ ਜਿਹੜੇ ਪਿੰਡ ਦੇ ਅਮਲੀ ਆ ਉਹਨਾਂ ਨੂੰ ਆਪਾਂ ਰੋਂਗ ਸਮਝਦੇ ਹੁੰਦੇ ਹਾਂ ਉਹਨਾਂ ਦੇ ਰਾਹੀਂ ਫਿਰ ਉਹ ਕਹਿੰਦਾ ਵੀ ਇੱਥੇ ਕੇਨੀ ਨਾ ਦੂਜੀ ਰੱਖ ਦਿਓ ਅਤੇ ਉਹਦੇ ਵਾਲੀ ਕੇਨੀ ਨਾਲ ਕਹਿੰਦਾ ਸਵੇਰੇ ਉੱਠ ਕੇ ਨਹਾ ਲਿਆ ਕਰੋ ਤੁਸੀਂ
ਪਿੰਡ ਦਾ ਫਿਕਰ ਕਰਨ ਵਾਲਾ ਮੁੰਡਾ। ਜੇ ਯਾਦ ਹੋਵੇ ਤੁਹਾਨੂੰ ਤਾਂ ਇਹਦੇ ਵਿੱਚ ਇੱਕ ਇਹ ਵੀ ਰੱਖਿਆ ਗਿਆ ਐਲੀਮੈਂਟ ਕਿ ਪਿੰਡ ਦੇ ਵਿੱਚ ਸਾਈਕਲ ਚਲਾਉਣ ਵਾਲਾ ਹੁੰਦਾ, ਜਿਵੇਂ ਆਪਣੇ ਪਹਿਲਾਂ ਆਉਂਦੇ ਹੁੰਦੇ ਸੀ ਤਿੰਨ ਦਿਨ ਵੀ ਉਹ ਉਤਰਦਾ ਨਹੀਂ ਗਾ, ਉਹ ਸਾਈਕਲ ਚਲਾਉਂਦਾ ਪਿਆ ਤੇ ਕਹਿੰਦਾ ਵੀ ਵੀਰੇ ਤੇਰੇ ਕੋਲ ਰੋਟੀ ਰਾਟੀ ਹੈਗੀ? ਕਹਿੰਦਾ ਨਹੀਂ ਭਾਜੀ। ਹੱਸ ਕੇ ਕਹਿੰਦਾ ਵੀ ਨਹੀਂ ਠੀਕ ਹੈ ਕੋਈ ਗੱਲ ਨਹੀਂ। ਉਹ ਕਹਿੰਦਾ ਮਿੱਤਰਾ ਹਾਸੇ ਤੇਰੇ ਭੁੱਖੇ ਲੱਗਦੇ ਆ, ਇਹ ਭੁੱਖੇ ਨਹੀਂ ਰੱਖੀਦੇ ਹੁੰਦੇ। ਕਹਿੰਦਾ ਭਾਜੀ ਸੌਂ ਖਾ ਕੇ ਚੜੀਦਾ ਅਸੀਂ ਵੀ ਉਤਰਦੇ ਨਹੀਂ ਆਏ। ਕਹਿੰਦਾ ਮਿੱਤਰਾ ਸੌਂ ਨਹੀਂ ਖਾਈਦੀ ਹੁੰਦੀ, ਰੋਟੀ ਖਾਈਦੀ ਹੁੰਦੀ ਆ। ਇਸ ਕਿਸਮ ਦਾ ਜਿਹੜਾ ਇਹਦੇ 'ਚ ਹੈਗਾ ਉਹਦੇ ਨਾਲੋਂ ਬਿਲਕੁਲ ਵੱਖਰਾ ਹੈ, ਲਿਟਰੇਰੀ ਹੈ ਥੋੜ੍ਹਾ, ਇਹ ਲਿਟਰੇਚਰ ਨਾਲ ਜੁੜਿਆ ਹੋਇਆ, ਕਿਤਾਬਾਂ ਪੜ੍ਹਦਾ। ਇੱਕ ਫਿਲਮ ਦੇ ਵਿੱਚ ਸੀਨ ਹੈ, ਉਹਦੀ ਫਰੈਂਡ ਪੁੱਛਦੀ ਹੈ ਵੀ ਕਿਵੇਂ ਰਹੀ ਅੱਜ ਤੇਰੀ ਬੁੱਕ ਸਟਾਲ? ਉਹ ਕਹਿੰਦਾ ਵੀ ਐਤਕੀ ਬਹੁਤ ਕਿਤਾਬਾਂ ਲਿਖੀਆਂ, ਕਦੇ ਇੰਨੀ ਸੇਲ ਨਹੀਂ ਹੋਈ। ਵੀ ਮੈਨੂੰ ਲੱਗਦਾ ਨਾ ਵੀ ਚੰਗਾ ਮਾਹੌਲ ਲੱਗ ਰਿਹਾ, ਵੀ ਅੱਗੇ ਯੂਥ ਹੈ ਜਿਹੜਾ ਉਹ ਕਿਤਾਬਾਂ ਪੜ੍ਹਨ ਲੱਗ ਗਿਆ। ਏਦਾਂ ਦੇ ਮਾਹੌਲ ਦੇ ਨਾਲ ਹੈ ਸਾਰੀ ਇਹ ਫਿਲਮ। ਸਰ ਇੱਕ ਡਾਇਲੋਗ ਸੁਣਾ ਦਿਓ ਜਿਹੜਾ ਪ੍ਰਿੰਸੀਪਲ ਵਾਲਾ। ਕਹਿੰਦਾ ਹਾਂਜੀ ਪ੍ਰਿੰਸੀਪਲ ਸਾਹਿਬ, ਠੰਡ ਬਹੁਤ ਹੈ, ਚਾਹ ਦਾ ਇੰਤਜ਼ਾਮ ਕਰਦੇ ਹਾਂ। ਚਾਹ ਦਾ ਪਤਾ ਨਹੀਂ, ਹੁਣ ਮੈਨੂੰ ਸਮਝ ਨਹੀਂ ਆਉਂਦੀ, ਚਾਹ ਕੁਛ ਜ਼ਿਆਦਾ ਹੀ ਜੁੜੀ ਹੋਈ ਹੈ ਮੇਰੇ ਨਾਲ। ਜਿਵੇਂ ਮੈਂ ਨਿੱਕਾ ਜ਼ਿਆਲਦਾਰ ਕੀਤੀ ਫਿਲਮ, ਉਹਦੇ 'ਚ ਸੀਨ ਤਾਂ ਮੇਰੇ ਇੱਕ ਦੋ ਹੀ ਸੀਗੇ, ਟੂ ਸ਼ਾਇਦ। ਉਹਦੇ 'ਚ ਉਹ ਵਾਮਿਕਾ ਗੱਭੀ ਟੀਚਰ ਹੁੰਦੀ, ਉਹਨੂੰ ਪੁੱਛਦੇ ਨੇ ਹਾਂਜੀ ਮੈਡਮ ਜੀ ਚਾਹ ਪਿਆ ਦੀਏ ਲੈ ਜੀ ਵਾਲੀ। ਅਤੇ ਜਦੋਂ ਆਪਣੀ ਵਾਰਨਿੰਗ ਆਈ, ਵਾਰਨਿੰਗ ਦੇ ਵਿੱਚ ਵੀ ਸੀਗਾ, ਕਹਿੰਦਾ ਚਾਹ ਹੀ ਪਿਆ ਦੇ, ਮੈਨੂੰ ਲੱਗਦਾ ਚਾਹ ਇਹਨੂੰ ਮੈਨੂੰ ਪਿਆਉਣੀ ਪੈਣੀ ਹੈ। ਸੇਮ ਹੀ ਚਾਹ ਇਹਦੇ 'ਚ ਵੀ ਚੱਲਦੀ ਪਈ ਹੈ। ਸਾਡੇ ਜਿਹੜੇ ਚਾਚੇ ਤਾਏ ਡੈਡੀ ਉਹ ਸੁਣਦੇ ਰਹੇ ਆ, ਸੋਚੇ ਆਵੇ ਭਾਬੀ ਤੇਰੀ ਘੁੱਕਰ ਨੇ ਕੱਲੀ ਘੇਰੀ। ਹਾਂ, ਉਹ ਇਸੇ ਕਰਕੇ ਹੀ ਉਹਨੂੰ ਥੋੜਾ ਜਿਹਾ ਉਦਾਂ ਦਾ ਤੜਕਾ ਲਾਇਆ ਵਾ ਸੀ ਵੀ ਜੋ ਸਾਡੇ ਪਿੱਛੇ ਉਹ ਸੁਣਿਆ ਉਹ ਫਿਰ ਸਾਨੂੰ ਤਾਂ ਚੰਗਾ ਲੱਗਦਾ। ਬੱਗੂ ਕਿਵੇਂ ਆ ਬੱਗੂ ਗੋਜਿਆ? ਇੱਕ ਸਰ